ਹਰ ਪਾਸੇ ਮਚੀ ਹੈ ਹਾਹਾਕਾਰ, ਗਰਮੀ ਦਾ ਪਾਰਾ ਪਹੁੰਚ ਚੁੱਕਿਆ 45 ਡਿਗਰੀ ਪਾਰ। ਜੀ ਬਿਲਕੁਲ, ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਦਿਨ ਬ ਦਿਨ ਜੋ ਵੱਧਦੀ ਹੋਈ ਗਰਮੀ ਹੈ ਉਹ ਸਭਨਾਂ ਲਈ ਇੱਕ ਵੱਡੀ ਮੁਸ਼ਕਲ ਬਣੀ ਹੋਈ ਹੈ। ਗਰਮੀ ਨਾਲ ਲੋਕ ਪਰੇਸ਼ਾਨ ਹਨ, ਜੋ ਤਪਦੀ ਲੂ ਹੈ ਕਿਤੇ ਨਾ ਕਿਤੇ ਲੋਕਾਂ ਲਈ ਕਈ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ। ਲੋਕ ਬੁਖਾਰ ਆਦਿ ਤੋਂ ਪੀੜਤ ਹੁੰਦੇ ਹੋਏ ਵਿਖਾਈ ਦਿੰਦੇ ਨੇ, ਔਰ ਇਹ ਜੋ ਪਾਰ ਹੈ ਇਹ ਵਧਣ ਤੋਂ ਰੁਕਣ ਦਾ ਨਾਂ ਨਹੀਂ ਲੈ ਰਿਹਾ, ਔਰ ਦਿਨ ਬ ਦਿਨ ਜਿਵੇਂ ਹੀ ਨਵਾਂ ਦਿਨ ਚੜ੍ਹਦਾ ਤਾਂ ਕਦੀ ਪਾਰਾ 44 ਡਿਗਰੀ ਪਾਰ ਜਾਂਦਾ। ਔਰ ਇੱਥੇ ਹੀ ਅੱਜ ਦੀ ਸ਼ਹਿਰ ਗੱਲ ਕਰੀਏ ਤਾਂ ਅੱਜ ਸ਼ਹਿਰ ਦੇ ਵਿੱਚ 45.4 ਡਿਗਰੀ ਤੱਕ ਸ਼ਹਿਰ ਦਾ ਜੋ ਗਰਮੀ ਦਾ ਤਾਪਮਾਨ ਹੈ ਉਹ ਪਹੁੰਚ ਚੁੱਕਿਆ। ਇਸ ਵਕਤ ਅਸੀਂ ਮੌਜੂਦ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਇੱਥੇ, ਜਿੱਥੇ ਕਿ ਅਕਸਰ ਸੈਲਾਨੀਆਂ ਦੀ ਜੋ ਆਮਦ ਹੈ ਉਹ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੀ ਹੈ। ਪਰ ਫਿਲਹਾਲ ਹਜੇ ਸਵੇਰ ਦਾ ਹੀ ਸਮਾਂ, ਔਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਜੋ ਹੋਰਾਂ ਸੂਬਿਆਂ ਤੋਂ ਹੋਰਾਂ ਜ਼ਿਲ੍ਹਿਆਂ ਤੋਂ ਆਉਂਦੇ ਨੇ, ਤਾਂ ਰੋਜ਼ਾਨਾ ਨਾਲੋਂ ਉਹਨਾਂ ਦੀ ਕਿਤੇ ਨਾ ਕਿਤੇ ਤਾਦਾਦ ਘੱਟ ਹੈ। ਪਰ ਉੱਥੇ ਹੀ ਇਸ ਤਪਦੀ ਗਰਮੀ ਦੇ ਵਿੱਚ ਇੱਕ ਹੋਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿੱਥੇ ਕਿ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਨੇ, ਅਕਸਰ ਅਸੀਂ ਦੇਖਦੇ ਹਾਂ ਕਿ ਤਪਦੀ ਗਰਮੀ ਦੇ ਵਿੱਚ ਕੋਈ ਛਾਂ ਦੀ ਪਰਵਾਹ ਨਹੀਂ ਹੈ, ਔਰ ਇਸ ਗਰਮੀ ਦੇ ਵਿਚਾਲੇ ਵੀ ਉਹ ਡਿਊਟੀ 'ਤੇ ਇੱਥੇ ਤਾਇਨਾਤ ਨੇ। ਔਰ ਕਹਿ ਸਕਦੇ ਹਾਂ ਕਿ ਇਹ ਜੋ ਤਪਦੀ ਹੋਈ ਗਰਮੀ ਹੈ, ਇਹ ਜੋ ਲੂ ਹੈ ਗਰਮ, ਇਸ ਨਾਲ ਜਿੱਥੇ ਕਿ ਲੋਕ ਗਰਮੀ ਨਾਲ ਤਾਂ ਇੱਕ ਪਾਸੇ ਪੀੜਤ ਨੇ, ਪਰ ਨਾਲ ਹੀ ਜੋ ਬੁਖਾਰ ਆਦਿ ਤੋਂ ਵੀ, ਖਾਸ ਕਰਕੇ ਜੋ ਛੋਟੇ ਬੱਚੇ ਨੇ ਉਹ ਪੀੜਤ ਹੁੰਦੇ ਹੋਏ ਵਿਖਾਈ ਦਿੰਦੇ ਨੇ। ਔਰ ਇਹ ਜੋ ਗਰਮੀ ਹੈ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਨਾਲ ਕਿ ਗੱਲ ਕਰੀਏ ਤਾਂ ਲੋਕ ਪਰੇਸ਼ਾਨ ਵੀ ਹਨ। ਔਰ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਕਿ ਤਾਂ ਜੋ ਲੋਕ 12 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਘਰਾਂ ਤੋਂ ਬਾਹਰ ਤਾਂ ਹੀ ਨਿਕਲਣ ਜੇ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੈ, ਕਿਉਂਕਿ ਅਕਸਰ ਜੋ ਗਰਮੀ ਹੈ ਇਹ ਸਿਰ ਤੋਂ ਪੈਂਦੀ ਹੈ ਬੰਦੇ ਨੂੰ, ਔਰ ਗਰਮ ਜਦੋਂ ਹੋ ਜਾਂਦਾ ਬੰਦੇ ਦਾ ਸਰੀਰ ਤਾਂ ਕਈ ਵਾਰ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਚੱਕਰ ਆਦਿ ਦੀ ਵੀ ਮਹਿਸੂਸ ਹੁੰਦੇ ਨੇ, ਜਿਸ ਨਾਲ ਕਿ ਲੋਕ ਹੋਰ ਬਿਮਾਰ ਹੋਣ ਦਾ ਕਿਤੇ ਨਾ ਕਿਤੇ ਇੱਕ ਖਦਸ਼ਾ ਜ਼ਰੂਰ ਰਹਿੰਦਾ। ਪਰ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਰਾਸਤੀ ਮਾਰਗ 'ਤੇ ਲੋਕਾਂ ਦੀ ਜੋ ਆਮਦ ਹੈ ਉਸਨੂੰ ਵੀ ਫਰਕ ਪਿਆ। ਪਰ ਇੱਥੇ ਨਾਲ ਹੀ ਜੋ ਠੰਡੀਆਂ ਚੀਜ਼ਾਂ ਦੇ ਸੇਵਨ ਕਰਨ ਦੀਆਂ ਜੋ ਇੱਥੇ ਰੇਹੜੀਆਂ ਲੱਗੀਆਂ ਹੁੰਦੀਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸ਼ਰਦਾਈ ਦੀ, ਨਿੰਬੂ ਪਾਣੀ ਦੀ ਜੋ ਰੇਹੜੀਆਂ ਨੇ ਉਹ ਅਕਸਰ ਇਹ ਦਿਨਾਂ ਦੇ ਵਿੱਚ ਵੱਧਦੀਆਂ ਨੇ, ਔਰ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਅਕਸਰ ਪਸੰਦ ਕਰਦੇ ਨੇ। ਸਾਡੇ ਨਾਲ ਇੱਥੇ ਵਿਕਰੇਤਾ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਗਰਮੀ ਦੇ ਵਿਚਾਲੇ ਕਹਿ ਸਕਦੇ ਹਾਂ ਕਿ ਇਸ ਗਰਮ ਲੂ ਦੇ ਵਿਚਾਲੇ ਲੋਕ ਜਿੱਥੇ ਕਿਤੇ ਨਾ ਕਿਤੇ ਗਰਮੀ ਤੋਂ ਪਰੇਸ਼ਾਨ ਹਨ, ਪਰ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਲਈ ਅਕਸਰ ਇਹਨਾਂ ਦੁਕਾਨਾਂ 'ਤੇ ਰੇਹੜੀਆਂ 'ਤੇ ਪਹੁੰਚਦੇ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, 45 ਡਿਗਰੀ ਦਾ ਟੈਂਪਰੇਚਰ ਚੱਲ ਜਾਂਦਾ ਵਾ, ਅਤੇ ਸੰਗਤ ਦੁਪਹਿਰ ਨੂੰ ਥੋੜ੍ਹੀ ਘੱਟ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਸ਼ਾਮ ਨੂੰ ਥੋੜ੍ਹੀ ਜਿਹੀ ਹੁੰਦੀ ਵਾ, ਇਸ ਕਰਕੇ ਫਰਕ ਤਾਂ ਬਹੁਤ ਜ਼ਿਆਦਾ ਪਿਆ, ਗਰਮੀ ਕਰਕੇ ਕਾਫੀ ਜ਼ਿਆਦਾ ਫਰਕ ਪਿਆ ਵਾ। ਅਤੇ ਅਸੀਂ ਸੰਗਤ ਵਾਸਤੇ ਹੁਣ ਆਪਾਂ ਸ਼ਰਦਾਈਆਂ ਦਾ ਕੀਤਾ ਵਾ, ਸਮਝ ਲਓ ਕਿ ਡਰਾਈ ਫਰੂਟ ਦਾ ਇੱਕ ਐਨਰਜੀ ਡਰਿੰਕ ਸਟਾਰਟ ਕੀਤਾ ਵਾ, ਜਿਹਦੇ ਨਾਲ ਸੰਗਤ ਨੂੰ ਰਾਹਤ ਮਿਲ ਸਕੇ, ਉਹਨਾਂ ਦੀ ਜਿਹੜੀ ਪਾਣੀ ਘਾਟ ਹੁੰਦੀ ਆ ਉਹ ਪੂਰੀ ਕਰਦਾ ਹੀ ਹੈ, ਇਸ ਕਰਕੇ ਆਪਾਂ ਇਹ ਲਾਇਆ ਜੀ। ਕਿਸ ਤਰ੍ਹਾਂ ਦੇਖਦੇ ਹੋ ਕਿ ਦੁਪਹਿਰ ਦੇ ਵਿਚਾਲੇ ਜਿੱਥੇ ਕਿ 12 ਤੋਂ 4 ਦੇ ਵਿੱਚ ਵਿਰਾਸਤੀ ਮਾਰਗ 'ਤੇ ਕਿਹੋ ਜਿਹੀ ਮਤਲਬ ਤਸਵੀਰ ਆਉਂਦੀ ਹੈ, ਲੋਕਾਂ ਦੀ ਆਮਦ ਕਿੰਨੇ ਕੁ ਇਸ ਨਾਲ ਪ੍ਰਭਾਵਿਤ ਹੁੰਦੀ ਗਰਮੀ ਨਾਲ? ਗਰਮੀ ਨਾਲ ਬਹੁਤ ਜ਼ਿਆਦਾ ਸੰਗਤ ਘੱਟ ਆ ਰਹੀ ਹੈ, ਸ਼ਾਮ ਨੂੰ 4 ਵਜੇ ਤੋਂ ਬਾਅਦ ਹੁੰਦੀ ਹੈ ਸੰਗਤ, 4 ਤੋਂ ਬਾਅਦ 8 ਵਜੇ ਤੋਂ ਬਾਅਦ ਮੁੜ ਕੇ ਸਟਾਰਟ ਹੋ ਜਾਂਦੀ ਹੈ ਸੰਗਤ। ਉਸ ਵੇਲੇ ਗਾਹਕੀ ਵੀ ਘੱਟ ਹੁੰਦੀ ਹੋਏਗੀ ਕਿਉਂਕਿ ਲੋਕ ਘਰਾਂ 'ਚੋਂ ਜ਼ਰੂਰੀ ਲੋੜੀਂਦੇ ਕੰਮਾਂ ਲਈ ਨਿਕਲਦੇ? ਬਿਲਕੁਲ ਉਸ ਟਾਈਮ ਘੱਟ ਹੁੰਦੀ ਹੈ ਬਹੁਤ ਜ਼ਿਆਦਾ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤਸਵੀਰ ਹੈ, ਇੱਕ ਲੋਕ ਇੱਥੇ ਠੰਡੀ ਸ਼ਰਦਾਈ ਦਾ ਸੇਵਨ ਕਰਦੇ ਹੋਏ ਵਿਖਾਈ ਦੇ ਰਹੇ ਨੇ। ਹਾਲਾਂਕਿ ਇਸ ਗਰਮੀ ਦੇ ਵਿਚਾਲੇ ਅਜਿਹੀਆਂ ਚੀਜ਼ਾਂ ਦਾ ਸੇਵਨ ਸਰੀਰ ਨੂੰ ਠੰਡਕ ਦਿੰਦਾ, ਦਿਮਾਗ ਨੂੰ ਠੰਡਕ ਦਿੰਦਾ, ਔਰ ਇਸ ਨਾਲ ਕਿ ਅਸੀਂ ਗਰਮੀ ਤੋਂ ਜੋ ਹੈ ਕਿ ਬਚਾਅ ਕਰ ਸਕਦੇ ਹਾਂ। ਗਰਮੀ ਦਾ ਦੇਖੋ ਜੀ, ਗਰਮੀ ਇਸ ਟਾਈਮ 'ਤੇ ਬਹੁਤ ਜ਼ਿਆਦਾ ਪੈ ਰਹੀ ਹੈ, 45 ਡਿਗਰੀ ਤੱਕ ਹੈਗਾ ਤਾਪਮਾਨ ਚੱਲਣ ਦਿਆ ਵਾ, ਬਹੁਤ ਜ਼ਿਆਦਾ ਗਰਮੀ ਆ। ਅਸੀਂ ਆਹ ਛੱਕ ਰਹੇ ਹਾਂ, ਇਹਦੇ ਨਾਲ ਸਾਨੂੰ ਬਹੁਤ ਰਾਹਤ ਮਿਲਦੀ ਗਰਮੀ ਨਾਲ। ਅਸੀਂ ਦੇਖੋ ਕਹਿੰਦੇ ਹਾਂ ਵੱਧ ਤੋਂ ਵੱਧ ਛਕੋ ਅਤੇ ਗਰਮੀ ਜਿਹੜੀ ਵੀ ਸਾਨੂੰ ਕੰਟਰੋਲ ਹੋਵੇ, ਇਹਦੇ ਕਰਕੇ ਠੰਡੀ ਹੁੰਦੀ ਆ ਅਤੇ ਗਰਮੀ ਜਿੰਨਾ ਪੈ ਰਹੀ ਹੈ ਨਾ ਵੱਧ ਤੋਂ ਵੱਧ, ਅਤੇ ਸਾਨੂੰ ਬਹੁਤ ਹੁੰਦਾ ਵੀ ਸੰਗਤ ਆਉਂਦੀ ਆ, ਦੇਖੀਦਾ ਸਾਰੀ ਦਿਨ ਗਰਮੀ ਕਿੰਨੀ ਆ, ਸੰਗਤ ਆਉਂਦੀ ਆ ਸਾਡੇ ਕੋਲ, ਬਹਿੰਦੀ ਆ, ਗਰਮੀ ਦਾ ਰਾਹਤ ਮਿਲਦੀ ਆ।